ਲੋ ਵੀ ਮਿੱਤਰੋ, ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਸਿੰਗਾਪੁਰ ਏਅਰਲਾਈਨ ਵਿੱਚ, ਅਤੇ ਆਪਾਂ ਵਿਜ਼ਿਟ ਕਰਾਂਗੇ ਤਾਂ ਤੁਹਾਨੂੰ ਦਿਖਾਵਾਂਗੇ। ਪਹਿਲਾਂ ਤਾਂ ਆਪਾਂ ਟਿਕਟ ਲੈ ਲਈਏ। ਟਿਕਟ ਪ੍ਰਾਈਜ਼ ਇੱਥੇ ਦਾ 30 ਰੁਪਏ ਹੈ ਜੀ ਐਂਟਰੀ ਇੱਕ ਬੰਦੇ ਦੀ। ਅਤੇ ਅੱਜ ਆਪਣੇ ਨਾਲ ਪੂਰੀ ਫੈਮਿਲੀ ਆਈ ਆ, ਆ ਦੇਖੋ ਜੀ ਆਪਣੀ ਫੈਮਿਲੀ। ਮੈਨੂੰ ਤਾਂ ਤੁਸੀਂ ਜਾਣਦੇ ਹੀ ਆ ਪਹਿਲਾਂ ਹੀ, ਠੀਕ ਹੈ ਜੀ। ਅਤੇ ਆਪਾਂ ਅੰਦਰ ਚੱਲਦੇ ਹਾਂ, ਅੰਦਰ ਤੁਹਾਨੂੰ ਸਾਰਾ ਦਿਖਾਉਂਦੇ ਹਾਂ ਫਿਰ ਇੱਥੇ ਦਾ। ਅਤੇ ਟਿਕਟ ਲੈ ਲਈ, ਟਿਕਟ ਦਿਖਾਇਓ। ਅਤੇ ਆਹ ਜੀ ਆਹ ਦੇਖੋ ਜੀ ਟਿਕਟ ਇੱਥੇ ਦੀ। ਸਿੰਗਾਪੁਰ ਤੇ ਵਿਜ਼ਿਟ ਕਰਨ ਲੱਗੇ ਆ। ਮੈਂ ਇੱਧਰ ਦੇਖੋ ਤੇ ਆਪਾਂ ਵੀ ਹੁਣ ਵਿਜ਼ਿਟ ਕਰਦੇ ਹਾਂ ਤੇ ਅੰਦਰ ਤੁਹਾਨੂੰ ਦਿਖਾਉਂਦੇ ਹਾਂ ਕੀ ਮਾਹੌਲ ਆ। ਬੜਾ ਸੁਣਿਆ ਇੱਧਰ ਦੇ ਅੰਦਰ ਤਾਂ ਬਸ ਰਾਹ ਹੀ ਬਣਿਆ ਜੀ। ਆਚਾ ਲੱਗੀਆਂ ਸੀਟਾਂ ਦੇਖੋ, ਪਰ ਇਹ ਸੀਟਾਂ ਇੱਥੇ ਜਾ ਕੇ ਮੁੱਕ ਜਾਂਦੀਆਂ। ਆ ਲਓ ਜੀ ਅੰਦਰ ਵਿਜ਼ਿਟ ਕਰ ਲਿਆ। ਲਓ ਜੀ ਸਿੰਗਾਪੁਰ ਪਹੁੰਚ ਗਏ ਹਾਂ ਤੇ ਸਿੰਗਾਪੁਰ ਦਾ ਮਾਹੌਲ ਦੇਖੋ ਤੁਸੀਂ। ਇੱਥੇ ਜਦੋਂ ਆਪਾਂ ਐਂਟਰੀ ਕਰਦੇ ਹਾਂ ਅੰਦਰ ਹੀ, ਤੇ ਅੰਦਰ ਆਪਾਂ ਨੂੰ ਪਹਿਲਾਂ ਦੇਖਣ ਨੂੰ ਮਿਲਦੀ ਆ ਗਣੇਸ਼ ਜੀ ਤੇ ਮਾਤਾ ਜੀ ਦੀ, ਜੋ ਹੈ ਛੋਟਾ ਜਿਹਾ ਮੰਦਿਰ ਬਣਾਇਆ ਹੋਇਆ ਹੈ। ਅਤੇ ਵਿਜ਼ਿਟ ਕਰਕੇ ਆਪਾਂ ਨੂੰ ਇਹ ਦੇਖਣ ਨੂੰ ਮਿਲਦਾ। ਅਤੇ ਇੱਧਰ ਹੀ ਸਿੰਗਾਪੁਰ 'ਚ ਡਾਇਨਾਸੌਰ ਦੇ ਅੰਡੇ ਵੀ ਹੈਗੇ ਆ। ਤੂੰ ਸਮਝਿਆ? ਹਾਂ ਨਹੀਂ ਤੂੰ ਸਮਝਿਆ ਨਹੀਂ। ਓ ਵਾਹ ਓ ਵਾਹ ਵਾਹ ਵਾਹ। ਦੇਖੋ ਮਹਾਰਾਜ ਜੀ, ਵਾਹ ਵਾਹ ਵਾਹ। ਪੇਂਟ ਕਰ ਲੈਂਦੇ ਤਾਂ ਹੋਰ ਸੋਹਣਾ ਲੱਗਣਾ ਸੀਗਾ। ਦੇਖੋ ਜੀ ਆਹ ਕਵਰ ਸ਼ੂਟ ਹੋ ਰਿਹਾ। ਇੱਧਰ ਆ ਜਾ ਚਾਚੂ ਨਾਲ, ਆ ਚਾਚੂ ਸ਼ੂਟ ਹੋ ਰਿਹਾ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੂੰਗਾ, ਬੱਚਿਆਂ ਲਈ ਇੰਟਰਟੇਨਮੈਂਟ ਲਈ ਬਹੁਤ ਚੀਜ਼ਾਂ ਅਤੇ ਜੱਦੀ ਜਿਹੜੇ ਜਿਹੜੇ ਹੁਸ਼ਿਆਰਪੁਰ ਵਿੱਚ ਰਹਿੰਦੇ ਆ ਜਾਂ ਦੂਰ ਪੈ ਕੇ ਲਾਗੇ ਛਾਗੇ ਰਹਿੰਦੇ ਆ,
ਜ਼ਰੂਰ ਪਹੁੰਚੋ, ਵਿਜਿਟ ਕਰੋ, 30 ਰੁਪਏ ਟਿਕਟ ਆ। ਅਤੇ ਬਾਕੀ ਅੰਦਰ ਖੇਡਣ ਦੀ ਵੱਖਰੀ ਟਿਕਟ ਆ, ਜੇ ਨਿਆਣਿਆਂ ਦੇ ਬੱਚਿਆਂ ਵਾਲੇ ਖੇਡਣ ਲਈ, ਅਤੇ ਕੋਈ ਨਿਆਣੇ ਲਈ। ਅਤੇ ਕੋਈ ਇੱਥੇ ਚੰਡੋਲ ਲੱਗਾ, ਸ਼ਿਪ ਲੱਗੀ ਹੋਈ ਆ, ਅਤੇ ਅੰਧੇਰੇ 'ਚ ਲਾਈਟਾਂ ਹੋਰ ਲੱਗੀਆਂ। DJ ਦਾ ਸਿਸਟਮ ਵੀ ਹੈਗਾ ਕਿ ਭੰਗੜਾ ਭੁੰਗੜਾ ਜੇ ਕਿਸੇ ਨੇ ਪਾਉਣਾ ਹੋਵੇ। ਜਸ਼ਨ ਕਿੱਦਾਂ ਲੱਗ ਰਿਹਾ? ਇੰਜੋਏ ਤੇ ਬੱਚਿਆਂ ਲਈ ਇੰਟਰਟੇਨਮੈਂਟ ਲਈ ਹੋਰ ਵੀ ਕਈ ਚੀਜ਼ਾਂ ਆ। ਆ ਦੇਖੋ ਜੀ, ਮਿੱਕੀ ਮਾਊਸ ਆ, ਡਰੈਗਨ ਵਾਲੀ ਟ੍ਰੇਨ ਆ ਜੀ। ਆ ਦੇਖੋ, ਅਤੇ ਆ ਬੱਚਿਆਂ ਲਈ ਜੰਪਿੰਗ ਲਈ ਆ ਜੂਸ ਵਗੈਰਾ ਵੀ ਬਣਦੇ ਆ ਇੱਥੇ। ਆ ਲੇਡੀਜ਼ ਲਈ ਵੀ ਸਮਾਨ ਬੜਾ ਹੈ ਜੀ ਇੱਥੇ, ਅਤੇ ਲੇਡੀਜ਼ ਵੀ ਜਲਦੀ ਜਲਦੀ ਵਿਜ਼ਿਟ ਕਰੋ। ਕੱਪੜੇ ਵੀ ਹੈਗੇ ਆ ਇੱਥੇ। ਅਤੇ ਜਲਦੀ ਜਲਦੀ ਵਿਜ਼ਿਟ ਕਰੋ, ਜਿਹੜੇ ਵੀ ਹੈਗੇ ਆ ਲਾਗੇ ਛਾਗੇ ਦੇ, ਕਿਹਦੀ ਇਹਦੀ ਸਮਾਨ ਚੱਕੋ। ਅਤੇ ਖਿਲੌਣਿਆਂ ਦੀ ਵੀ ਬੜੀ ਆ ਜੀ। ਆਹ ਸੋਲਰ ਸਿਸਟਮ ਦਾ ਵੀ ਹੈਗਾ ਜੀ, ਬੈਟਰੀ ਵੀ ਮਿਲਦੇ ਆ, ਅਤੇ ਜਿਹੜਾ ਸੋਲਰ ਸਿਸਟਮ ਲਵਾਉਣਾ ਉਹ ਵੀ ਲਵਾ ਸਕਦਾ ਇਹਨਾਂ ਨਾਲ ਕੰਟੈਕਟ ਕਰਕੇ। ਟੈਟੂ ਦੀ ਦੁਕਾਨ ਵੀ ਬਣੀ ਹੋਈ ਆ, ਅਤੇ ਆਹ ਸ਼ੂਟਿੰਗ ਦਾ ਜੋ ਪ੍ਰਾਈਜ਼ ਪ੍ਰੂਜ਼ ਇਹ ਤਾਂ ਸਾਨੂੰ ਤਾਂ ਪਸੰਦ ਨਹੀਂ ਹੈ ਜੀ। ਤੁਸੀਂ ਜੇ ਚਾਹੁੰਦੇ ਆ ਕਿ ਇਹ ਚੀਜ਼ਾਂ ਖੇਡਣਾ, ਇੰਜੋਏ ਕਰਨਾ, ਤਾਂ ਉਹ ਆ ਸਕਦੇ ਆ। ਅਤੇ ਬੰਦੂਕ ਦੀ ਵੀ ਗੇਮ ਆ ਜੀ, ਆਹ ਦੇਖੋ ਸ਼ੂਟਿੰਗ ਦੀ, ਜਿਹੜੇ ਉੱਦਾਂ ਕਦੇ ਬੰਦੂਕ ਨਹੀਂ ਚਲਾ ਸਕਿਆ ਇੱਥੇ ਚਲਾ ਸਕਦੇ ਆਗੇ। ਅਤੇ ਖਾਣ ਪੀਣ ਦਾ ਵੀ ਬੜਾ ਵਧੀਆ ਪ੍ਰਬੰਧ ਆ ਜੀ ਇੱਥੇ। ਦੇਖੋ ਜੀ, ਪਾਨ ਵੀ ਹੈਗਾ ਆ, ਚਾਟ ਵੀ ਹੈਗੀ, ਦਹੀਂ ਭੱਲੇ ਵੀ ਹੈਗੇ ਆ, ਸਭ ਕੁਝ ਹੈਗਾ ਇੱਥੇ। ਸਾਊਥ ਇੰਡੀਅਨ ਫੂਡ ਵੀ ਆ, ਡੋਸਾ ਵੀ ਆ ਆਪਣਾ ਫੇਵਰੇਟ। ਅਤੇ ਅੱਗੇ ਚੱਲਦੇ ਹਾਂ, ਅੱਗੇ ਨਿਆਣਿਆਂ ਲਈ ਗੱਡੀ ਦਾ ਜਿਹੜਾ ਆ ਪਤਾ ਜੀ ਇਹਨੂੰ ਜ਼ੋਨ ਨੂੰ ਕੀ ਕਹਿੰਦੇ, ਜ਼ਰੂਰ ਦੱਸਿਓ ਜਿਹਨੂੰ ਪਤਾ ਜੀ ਅਜੇ ਡਰਾਈਵਿੰਗ ਕਰਦੇ ਆ ਅੰਦਰ। ਭਾਜੀ ਕਿੰਨੇ ਵਜੇ ਚੱਲਣਾ? ਹਾਂਜੀ ਨਹੀਂ ਚੱਲੇਗਾ, ਅਭੀ ਚਲਤਾ ਹੈ। ਅੱਛਾ, 80 ਰੁਪਏ ਟਿਕਟ ਹੈ। ਕੀ ਕਹਿੰਦੇ ਕੀ ਇਹਨੂੰ, ਕਹਿੰਦੇ ਕਿਆ ਇਸਕੋ? ਓਕੇ ਓਕੇ, ਸਟਾਕ ਠੀਕ ਹੈ ਠੀਕ ਹੈ ਠੀਕ ਹੈ। ਸਟਾਕਿੰਗ ਕਾਰ ਨਾਮ ਹੀ ਕੋਈ ਡਿਫਰੈਂਟ ਜਿਹਾ, 80 ਰੁਪਏ ਟਿਕਟ ਹੈ ਇਹਦੀ। ਅਤੇ ਜਿਹੜਾ ਲੈਣਾ ਚਾਹੁੰਦਾ ਜੀ ਝੂਟੇ, ਹਾਂਜੀ ਹਾਂ। ਅਤੇ ਇੱਥੇ ਆ 70 ਰੁਪਏ ਆ ਇਹਨੂੰ, ਝੂਲੇ ਨੂੰ ਪਤਾ ਨਹੀਂ ਕੀ ਕਹਿੰਦੇ ਆ, ਇਹ ਨਹੀਂ ਪਤਾ। ਇੱਧਰ ਛੱਲੀਆਂ ਦੇ ਲੱਗੇ ਆ ਸਟੋਲ, ਅਤੇ ਇੱਧਰ ਅੰਦਰ ਬੁੱਕਸ ਵੀ ਆ ਜੀ ਦੇਖਣ ਨੂੰ ਮਿਲ ਰਹੀਆਂ। ਇਹ ਨਾ ਹਾਲੇ ਮੈਨੂੰ ਲੱਗਦਾ ਸ਼ੁਰੂ ਹੀ ਹੋਇਆ। ਅਤੇ ਬੁੱਕਸ ਵੀ ਹੈਗੀਆਂ ਇੱਥੇ। ਅਤੇ ਜਿਹੜੇ ਮੇਰੇ ਵੀਰ ਪੜ੍ਹਨ ਦੇ ਬੜੇ ਸ਼ੌਕੀਨ ਆ, ਉਹ ਜ਼ਰੂਰ ਇੱਥੇ ਆ ਕੇ ਦੇਖ ਸਕਦੇ ਆ ਸ਼ਿਵ ਕੁਮਾਰ ਬਟਾਲਵੀ। ਅਤੇ ਆਹ ਚੀਜ਼ਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ।
ਤੇ ਹੋਰ ਵੀ ਕਈ ਚੀਜ਼ਾਂ ਆ ਆਪਾਂ ਦਿਖਾਉਂਦੇ ਹਾਂ, ਵਿੱਚ ਵਿਜ਼ਿਟ ਕਰਦੇ ਹਾਂ ਅਤੇ ਇੰਜੋਏ ਕਰਕੇ ਤੁਹਾਨੂੰ ਦੱਸਦੇ ਹਾਂ। ਇੱਕ ਹੈ ਨਾ ਇੱਥੇ ਫਿਸ਼ ਅਕੁਆਰੀਅਮ ਦਾ ਵੱਡਾ ਜਿਹਾ ਬਣਾਇਆ ਹੋਇਆ ਆ, ਉਹ ਜ਼ਰੂਰ ਆਪਾਂ ਦੇਖਾਂਗੇ ਅਤੇ ਤੁਹਾਨੂੰ ਦੱਸਦੇ ਹਾਂ ਉਹਦਾ ਟਿਕਟ ਪ੍ਰਾਈਜ਼ ਵੀ, ਅਤੇ ਅੰਦਰ ਜਾ ਕੇ ਦੇਖਦੇ ਹਾਂ ਕਿਹੜੀ ਕਿਹੜੀ ਮੱਛੀਆਂ ਹੈਗੀਆਂ। ਆਹ ਦੇਖੋ ਇਹਨੇ ਆਪਾਂ ਨੂੰ ਪੈਸੇ ਨਹੀਂ ਦਿੱਤੇ ਯਾਰ, ਪੂਰੇ ਨਹੀਂ ਕਰਦੇ, ਗੁੱਡ ਬੰਦਾ ਨਹੀਂ ਹੈਗਾ ਯਾਰ। ਹੁਣ ਆਪਾਂ ਚੱਲੇ ਹਾਂ ਸ਼ਿਪ ਦੇ ਵਿੱਚ ਚੱਲੇ ਹਾਂ ਅਤੇ ਤੁਹਾਨੂੰ ਮਿਲਾਉਂਦੇ ਹਾਂ ਸਾਰਿਆਂ ਨਾਲ, ਕਿੰਨਾ ਕੁ ਡਰੇ ਡੁਰੇ ਫੇਸ ਆ ਇਹਨਾਂ ਦੇ ਅਤੇ ਆਪਾਂ ਸਾਰੇ ਦਿਖਾਉਂਦੇ ਹਾਂ। ਅਤੇ ਮੈਂ ਤਾਂ ਉੱਧਰ ਦੇ ਪਾਸੇ ਬੈਠੂੰਗਾ ਜਿੱਧਰੋਂ ਇਹਨਾਂ ਦੇ ਫੇਸ ਦਿਖਣਗੇ, ਸਾਰਿਆਂ ਦੇ ਫੇਸ ਚੈੱਕ ਕਰਾਂਗੇ, ਠੀਕ ਹੈ ਜੀ। ਅਤੇ ਲੱਗੇ ਰਹੋ ਨਾਲ ਬਲੌਗ ਦੇ, ਬਹੁਤ ਤੁਹਾਨੂੰ ਵਧੀਆ ਲੱਗ ਰਿਹਾ ਹੋਊਗਾ ਜਸ਼ਨ ਤਾਂ। ਵਿਜ਼ਿਟ ਕਰਨ ਤੇ ਤੁਹਾਨੂੰ ਇੱਥੇ ਅਕੁਆਰੀਅਮ ਵੀ ਮਿਲੂਗਾ ਜੀ ਇੱਕ। ਆ ਦੇਖੋ ਜੀ ਸਿੰਗਾਪੁਰ ਫਿਸ਼ ਟਨਲ ਜਿਹੜਾ ਅੰਦਰ ਬਣਾਇਆ ਹੋਇਆ ਵੱਡਾ, ਅਤੇ 100 ਰੁਪਏ ਦੀ ਪ੍ਰਾਈਜ਼ ਟਿਕਟ ਆ ਜੀ। ਅੰਦਰ ਵੱਖਰੇ ਵੱਖਰੇ ਤਰ੍ਹਾਂ ਦੀਆਂ ਫਿਸ਼ ਹੈਗੀਆਂ, ਇੱਦਾਂ ਬਣਿਆ ਹੋਇਆ ਅੰਦਰ, ਬਟ ਉਹ ਤਾਂ ਜਾਣ ਤੋਂ ਬਾਅਦ ਹੀ ਪਤਾ ਲੱਗੂ। ਬੋਲੀਵੁੱਡ ਤੋਂ ਸਿੱਧਾ ਹੀ ਸਪਾਈਡਰਮੈਨ ਜਿਹੜਾ ਆ ਹੁਣ ਹੁਸ਼ਿਆਰਪੁਰ ਦੇ ਸੜਕਾਂ 'ਤੇ ਤੁਹਾਨੂੰ ਮਿਲੂਗਾ। ਆ ਦੇਖੋ ਜੀ ਸਪਾਈਡਰਮੈਨ ਦੇ ਨਾਲ ਛੋਟਾ ਸਪਾਈਡਰਮੈਨ, ਸਪਾਈਡਰ ਗਰਲ ਆ ਜੀ, ਆਪਣਾ ਆੜੀ ਆ ਆੜੀ, ਖਿੱਚ ਦੋ ਫੋਟੋ ਖਿਚਾ ਲਈ ਜਿੰਨਾ ਨਾਲ। ਮਿੱਤਰੋ ਇੱਥੇ ਕਰਦੇ ਹਾਂ ਵਲੋਗ ਨੂੰ ਆਪਾਂ ਸਮਾਪਤ, ਅਤੇ ਭਾਅ ਜੀ ਇੱਧਰ ਦੇਖੋ, ਚਲੋ ਚੰਗਾ ਚੰਗਾ ਬਾਏ ਬਾਏ, ਚਲੋ ਠੀਕ ਹੈ ਜੀ। ਅਤੇ ਆਈ ਹੋਪ ਤੁਹਾਨੂੰ ਅੱਜ ਦਾ ਵਲੋਗ ਘੈਂਟ ਲੱਗਾ ਹੋਊਗਾ, ਅਤੇ ਜੇ ਵਧੀਆ ਲੱਗਾ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ। ਆਈ ਹੋਪ ਇੰਜੋਏ ਤਾਂ ਤੁਸੀਂ ਕੀਤਾ ਹੀ ਹੋਊਗਾ, ਅਤੇ ਜਿਹੜੇ ਲਾਗੇ ਰਹਿੰਦੇ ਹੋ ਹੁਸ਼ਿਆਰਪੁਰ ਵਿੱਚ ਸਾਰੇ ਜਲਦੀ ਜਲਦੀ ਵਿਜ਼ਿਟ ਕਰੋ ਇੱਥੇ, ਅਤੇ ਬਾਬਾ ਠੇਕ ਕੇਅਰ, ਲਵ ਯੂ ਆਲ।